आप सब क्या रहे? नहीं नहीं नहीं, जो मैं कह रहा हूँ सुन ले। नहीं पाजी ना करे, पाजी नहीं ना करे। ਸਾਬਕਾ ਸੀਐਮ ਚੰਨੀ ਨੂੰ ਆ ਕੀ ਕਹਿ ਗਿਆ ਬਜ਼ੁਰਗ, ਕਹਿੰਦਾ ਆ ਇੱਥੇ ਨੇਤਾਗਿਰੀ ਨਾ ਕਰੋ। ਈਦ ਮੌਕੇ ਨਮਾਜ਼ ਲਈ ਪਹੁੰਚੇ ਸੀ ਚੰਨੀ। ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਿਹੜੀ ਤੁਹਾਨੂੰ ਦਿਖਾਈ, ਇਹ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਚੰਨੀ ਦਾ ਵਿਰੋਧ ਕਰਦੇ ਹੋਇਆ ਇੱਕ ਬਜ਼ੁਰਗ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਚੰਨੀ ਵੀ ਥੋੜ੍ਹੇ ਬਹੁਤ ਨਾਰਾਜ਼ ਹੋਏ ਦਿਖਾਈ ਦਿੱਤੇ। ਹਾਲਾਂਕਿ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ, ਪਰ ਚਿਹਰਾ ਸਭ ਬਿਆਨ ਕਰ ਰਿਹਾ ਹੈ। ਤਾਂ ਦੱਸ ਦਈਏ ਕਿ ਅੱਜ ਈਦ ਮੌਕੇ ਹਰ ਥਾਂ 'ਤੇ ਜਿਹੜੇ ਨੇਤਾ ਨੇ ਉਹ ਮੁਸਲਿਮ ਭਾਈਚਾਰੇ ਦੇ ਨਾਲ ਰਲ ਕੇ ਈਦ ਮਨਾ ਰਹੇ ਨੇ। ਤਾਂ ਇਸੇ ਤਰੀਕੇ ਦੇ ਨਾਲ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਦੇ ਨਾਲ ਰਲ ਕੇ ਈਦ ਮਨਾ ਰਹੇ ਸੀ, ਜਿੱਥੇ ਉਹ ਨਮਾਜ਼ ਦੇ ਵਿੱਚ ਵੀ ਸ਼ਾਮਲ ਹੋਏ। ਸਵੇਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਦੇ ਨਾਲ ਮਿਲ ਕੇ ਈਦ ਮਨਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵਿਖੇ ਕਿਰਾਏ 'ਤੇ ਘਰ ਵੀ ਲੈ ਲਿਆ ਹੈ। ਤਾਂ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਕਾਂਗਰਸ ਦੇ ਵੱਲੋਂ ਜਲੰਧਰ ਤੋਂ ਲੜਨਗੇ, ਜਲੰਧਰ ਦੀ ਸੀਟ ਤੋਂ ਲੜਨਗੇ। ਹਾਲਾਂਕਿ ਇਹ ਕਨਫਰਮ ਤਾਂ ਨਹੀਂ ਹੋਇਆ, ਪਰ ਚਰਨਜੀਤ ਸਿੰਘ ਚੰਨੀ ਦੀ ਗਤੀਵਿਧੀਆਂ ਜਲੰਧਰ ਵਿਖੇ ਵੱਧ ਚੁੱਕੀਆਂ ਨੇ। ਤਾਂ ਉਸੇ ਦੌਰਾਨ ਅੱਜ ਈਦ ਦਾ ਮੌਕਾ ਸੀ, ਈਦ ਦਾ ਵੱਡਾ ਤਿਉਹਾਰ ਸੀ ਮੁਸਲਿਮ ਭਾਈਚਾਰੇ ਨੂੰ ਮਿਲਣ ਲਈ। ਜਦ ਚਰਨਜੀਤ ਸਿੰਘ ਚੰਨੀ ਪਹੁੰਚਦੇ ਨੇ ਤਾਂ ਉਹਨਾਂ ਦਾ ਵਿਰੋਧ ਵੀ ਹੋਇਆ ਹੈ। ਇੱਕ ਬਜ਼ੁਰਗ ਜੋ ਕਿ ਮੁਸਲਿਮ ਹੈ, ਮੁਸਲਿਮ ਬਜ਼ੁਰਗ ਦੇ ਵੱਲੋਂ ਜਿਹੜੇ ਕਿ ਚੰਨੀ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੇ ਨੇਤਾਗਿਰੀ ਨਾ ਕਰੋ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਦੀਆਂ ਇਹ ਤਸਵੀਰਾਂ। ਸਾਬਕਾ ਸੀਐਮ ਚੰਨੀ ਨੂੰ ਆ ਕੀ ਕਹਿ ਗਿਆ ਬਜ਼ੁਰਗ, ਕਹਿੰਦਾ ਆ ਇੱਥੇ ਨੇਤਾਗਿਰੀ ਨਾ ਕਰੋ। ਈਦ ਮੌਕੇ ਨਮਾਜ਼ ਲਈ ਪਹੁੰਚੇ ਸੀ ਚੰਨੀ। ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਿਹੜੀ ਤੁਹਾਨੂੰ ਦਿਖਾਈ, ਇਹ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਚੰਨੀ ਦਾ ਵਿਰੋਧ ਕਰਦੇ ਹੋਇਆ ਇੱਕ ਬਜ਼ੁਰਗ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਚੰਨੀ ਵੀ ਥੋੜ੍ਹੇ ਬਹੁਤ ਨਾਰਾਜ਼ ਹੋਏ ਦਿਖਾਈ ਦਿੱਤੇ। ਹਾਲਾਂਕਿ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ, ਪਰ ਚਿਹਰਾ ਸਭ ਬਿਆਨ ਕਰ ਰਿਹਾ ਹੈ। ਤਾਂ ਦੱਸ ਦਈਏ ਕਿ ਅੱਜ ਈਦ ਮੌਕੇ ਹਰ ਥਾਂ 'ਤੇ ਜਿਹੜੇ ਨੇਤਾ ਨੇ ਉਹ ਮੁਸਲਿਮ ਭਾਈਚਾਰੇ ਦੇ ਨਾਲ ਰਲ ਕੇ ਈਦ ਮਨਾ ਰਹੇ ਨੇ। ਤਾਂ ਇਸੇ ਤਰੀਕੇ ਦੇ ਨਾਲ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਦੇ ਨਾਲ ਰਲ ਕੇ ਈਦ ਮਨਾ ਰਹੇ ਸੀ, ਜਿੱਥੇ ਉਹ ਨਮਾਜ਼ ਦੇ ਵਿੱਚ ਵੀ ਸ਼ਾਮਲ ਹੋਏ। ਸਵੇਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਦੇ ਨਾਲ ਮਿਲ ਕੇ ਈਦ ਮਨਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵਿਖੇ ਕਿਰਾਏ 'ਤੇ ਘਰ ਵੀ ਲੈ ਲਿਆ ਹੈ।
ਤਾਂ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਕਾਂਗਰਸ ਦੇ ਵੱਲੋਂ ਜਲੰਧਰ ਤੋਂ ਲੜਨਗੇ, ਜਲੰਧਰ ਦੀ ਸੀਟ ਤੋਂ ਲੜਨਗੇ। ਹਾਲਾਂਕਿ ਇਹ ਕਨਫਰਮ ਤਾਂ ਨਹੀਂ ਹੋਇਆ, ਪਰ ਚਰਨਜੀਤ ਸਿੰਘ ਚੰਨੀ ਦੀ ਗਤੀਵਿਧੀਆਂ ਜਲੰਧਰ ਵਿਖੇ ਵੱਧ ਚੁੱਕੀਆਂ ਨੇ। ਤਾਂ ਉਸੇ ਦੌਰਾਨ ਅੱਜ ਈਦ ਦਾ ਮੌਕਾ ਸੀ, ਈਦ ਦਾ ਵੱਡਾ ਤਿਉਹਾਰ ਸੀ, ਮੁਸਲਿਮ ਭਾਈਚਾਰੇ ਨੂੰ ਮਿਲਣ ਲਈ ਜਦ ਚਰਨਜੀਤ ਸਿੰਘ ਚੰਨੀ ਪਹੁੰਚਦੇ ਨੇ ਤਾਂ ਉਹਨਾਂ ਦਾ ਵਿਰੋਧ ਵੀ ਹੋਇਆ ਹੈ। ਇੱਕ ਬਜ਼ੁਰਗ ਜੋ ਕਿ ਮੁਸਲਿਮ ਹੈ, ਮੁਸਲਿਮ ਬਜ਼ੁਰਗ ਦੇ ਵੱਲੋਂ ਜਿਹੜੇ ਕਿ ਚੰਨੀ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੇ ਨੇਤਾਗਰੀ ਨਾ ਕਰੋ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਦੀਆਂ ਇਹ ਤਸਵੀਰਾਂ। ਤਾਂ ਸਾਬਕਾ ਸੀਐਮ ਚੰਨੀ ਨੂੰ ਆ ਕੀ ਕਹਿ ਗਿਆ ਬਜ਼ੁਰਗ, ਕਹਿੰਦਾ ਇੱਥੇ ਨੇਤਾਗਿਰੀ ਨਾ ਕਰੋ। ਈਦ ਮੌਕੇ ਨਮਾਜ਼ ਲਈ ਪਹੁੰਚੇ ਸੀ ਚੰਨੀ। ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਿਹੜੀ ਤੁਹਾਨੂੰ ਦਿਖਾਈ, ਇਹ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਚੰਨੀ ਦਾ ਵਿਰੋਧ ਕਰਦੇ ਹੋਇਆ ਇੱਕ ਬਜ਼ੁਰਗ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਚੰਨੀ ਵੀ ਥੋੜ੍ਹੇ ਬਹੁਤ ਨਾਰਾਜ਼ ਹੋਏ ਦਿਖਾਈ ਦਿੱਤੇ। ਹਾਲਾਂਕਿ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ, ਪਰ ਚਿਹਰਾ ਸਭ ਬਿਆਨ ਕਰ ਰਿਹਾ ਹੈ। ਤਾਂ ਦੱਸ ਦਈਏ ਕਿ ਅੱਜ ਈਦ ਮੌਕੇ ਹਰ ਥਾਂ 'ਤੇ ਜਿਹੜੇ ਨੇਤਾ ਨੇ ਉਹ ਮੁਸਲਿਮ ਭਾਈਚਾਰੇ ਦੇ ਨਾਲ ਰਲ ਕੇ ਈਦ ਮਨਾ ਰਹੇ ਨੇ। ਤਾਂ ਇਸੇ ਤਰੀਕੇ ਦੇ ਨਾਲ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਦੇ ਨਾਲ ਰਲ ਕੇ ਈਦ ਮਨਾ ਰਹੇ ਸੀ, ਜਿੱਥੇ ਉਹ ਨਮਾਜ਼ ਦੇ ਵਿੱਚ ਵੀ ਸ਼ਾਮਲ ਹੋਏ। ਸਵੇਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਦੇ ਨਾਲ ਮਿਲ ਕੇ ਈਦ ਮਨਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵਿਖੇ ਕਿਰਾਏ 'ਤੇ ਘਰ ਵੀ ਲੈ ਲਿਆ ਹੈ। ਤਾਂ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਕਾਂਗਰਸ ਦੇ ਵੱਲੋਂ ਜਲੰਧਰ ਤੋਂ ਲੜਨਗੇ, ਜਲੰਧਰ ਦੀ ਸੀਟ ਤੋਂ ਲੜਨਗੇ। ਹਾਲਾਂਕਿ ਇਹ ਕਨਫਰਮ ਤਾਂ ਨਹੀਂ ਹੋਇਆ, ਪਰ ਚਰਨਜੀਤ ਸਿੰਘ ਚੰਨੀ ਦੀ ਗਤੀਵਿਧੀਆਂ ਜਲੰਧਰ ਵਿਖੇ ਵੱਧ ਚੁੱਕੀਆਂ ਨੇ। ਤਾਂ ਉਸੇ ਦੌਰਾਨ ਅੱਜ ਈਦ ਦਾ ਮੌਕਾ ਸੀ, ਈਦ ਦਾ ਵੱਡਾ ਤਿਉਹਾਰ ਸੀ, ਮੁਸਲਿਮ ਭਾਈਚਾਰੇ ਨੂੰ ਮਿਲਣ ਲਈ ਜਦ ਚਰਨਜੀਤ ਸਿੰਘ ਚੰਨੀ ਪਹੁੰਚਦੇ ਨੇ ਤਾਂ ਉਹਨਾਂ ਦਾ ਵਿਰੋਧ ਵੀ ਹੋਇਆ ਹੈ। ਇੱਕ ਬਜ਼ੁਰਗ ਜੋ ਕਿ ਮੁਸਲਿਮ ਹੈ, ਮੁਸਲਿਮ ਬਜ਼ੁਰਗ ਦੇ ਵੱਲੋਂ ਜਿਹੜੇ ਕਿ ਚੰਨੀ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੇ ਨੇਤਾਗਿਰੀ ਨਾ ਕਰੋ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਦੀਆਂ ਇਹ ਤਸਵੀਰਾਂ। ਨਹੀਂ ਭਾਈ ਨੇਤਾਗਿਰੀ ਨਾ ਕਰੇ।
ਤਾਂ ਸਾਬਕਾ ਸੀਐਮ ਚੰਨੀ ਨੂੰ ਆ ਕੀ ਕਹਿ ਗਿਆ ਬਜ਼ੁਰਗ, ਕਹਿੰਦਾ ਆ ਇੱਥੇ ਨੇਤਾਗਿਰੀ ਨਾ ਕਰੋ। ਈਦ ਮੌਕੇ ਨਮਾਜ਼ ਲਈ ਪਹੁੰਚੇ ਸੀ ਚੰਨੀ। ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਿਹੜੀ ਤੁਹਾਨੂੰ ਦਿਖਾਈ, ਇਹ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਚੰਨੀ ਦਾ ਵਿਰੋਧ ਕਰਦੇ ਹੋਇਆ ਇੱਕ ਬਜ਼ੁਰਗ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਚੰਨੀ ਵੀ ਥੋੜ੍ਹੇ ਬਹੁਤ ਨਾਰਾਜ਼ ਹੋਏ ਦਿਖਾਈ ਦਿੱਤੇ। ਹਾਲਾਂਕਿ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ, ਪਰ ਚਿਹਰਾ ਸਭ ਬਿਆਨ ਕਰ ਰਿਹਾ ਹੈ। ਤਾਂ ਦੱਸ ਦਈਏ ਕਿ ਅੱਜ ਈਦ ਮੌਕੇ ਹਰ ਥਾਂ 'ਤੇ ਜਿਹੜੇ ਨੇਤਾ ਨੇ ਉਹ ਮੁਸਲਿਮ ਭਾਈਚਾਰੇ ਦੇ ਨਾਲ ਰਲ ਕੇ ਈਦ ਮਨਾ ਰਹੇ ਨੇ। ਤਾਂ ਇਸੇ ਤਰੀਕੇ ਦੇ ਨਾਲ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਦੇ ਨਾਲ ਰਲ ਕੇ ਈਦ ਮਨਾ ਰਹੇ ਸੀ, ਜਿੱਥੇ ਉਹ ਨਮਾਜ਼ ਦੇ ਵਿੱਚ ਵੀ ਸ਼ਾਮਲ ਹੋਏ। ਸਵੇਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਲੰਧਰ ਵਿਖੇ ਚਰਨਜੀਤ ਸਿੰਘ ਚੰਨੀ ਮੁਸਲਿਮ ਭਾਈਚਾਰੇ ਦੇ ਨਾਲ ਮਿਲ ਕੇ ਈਦ ਮਨਾ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ, ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵਿਖੇ ਕਿਰਾਏ 'ਤੇ ਘਰ ਵੀ ਲੈ ਲਿਆ ਹੈ। ਤਾਂ ਇਹ ਵੀ ਖਬਰਾਂ ਸਾਹਮਣੇ ਆਈਆਂ ਸੀ ਕਿ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਕਾਂਗਰਸ ਦੇ ਵੱਲੋਂ ਜਲੰਧਰ ਤੋਂ ਲੜਨਗੇ, ਜਲੰਧਰ ਦੀ ਸੀਟ ਤੋਂ ਲੜਨਗੇ। ਹਾਲਾਂਕਿ ਇਹ ਕਨਫਰਮ ਤਾਂ ਨਹੀਂ ਹੋਇਆ, ਪਰ ਚਰਨਜੀਤ ਸਿੰਘ ਚੰਨੀ ਦੀ ਗਤੀਵਿਧੀਆਂ ਜਲੰਧਰ ਵਿਖੇ ਵੱਧ ਚੁੱਕੀਆਂ ਨੇ। ਤਾਂ ਉਸੇ ਦੌਰਾਨ ਅੱਜ ਈਦ ਦਾ ਮੌਕਾ ਸੀ, ਈਦ ਦਾ ਵੱਡਾ ਤਿਉਹਾਰ ਸੀ, ਮੁਸਲਿਮ ਭਾਈਚਾਰੇ ਨੂੰ ਮਿਲਣ ਲਈ ਜਦ ਚਰਨਜੀਤ ਸਿੰਘ ਚੰਨੀ ਪਹੁੰਚਦੇ ਨੇ ਤਾਂ ਉਹਨਾਂ ਦਾ ਵਿਰੋਧ ਵੀ ਹੋਇਆ ਹੈ। ਇੱਕ ਬਜ਼ੁਰਗ ਜੋ ਕਿ ਮੁਸਲਿਮ ਹੈ, ਮੁਸਲਿਮ ਬਜ਼ੁਰਗ ਦੇ ਵੱਲੋਂ ਜਿਹੜੇ ਕਿ ਚੰਨੀ ਦਾ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੇ ਨੇਤਾਗਿਰੀ ਨਾ ਕਰੋ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਦੀਆਂ ਇਹ ਤਸਵੀਰਾਂ। ਨਾ ਕਰੇ।